ਅਰੇ ਉਹ ਹੁਸ਼ਿਆਰਪੁਰ ਨਿਊਜ਼ ਉੱਤੇ ਮੈਂ ਹਾਂ ਦਿਲਬਾਗ ਸਿੰਘ ਗਰਾਇਆ। ਸੋ ਦੋਸਤੋ, ਅੱਜ ਖੜ੍ਹੇ ਹਾਂ ਮੁਕੇਰੀਆਂ ਦੇ ਬੱਸ ਸਟੈਂਡ ਦੇ ਵਿੱਚ, ਜਿੱਥੇ ਇੱਕ ਨਿੱਜੀ ਬੱਸ ਮਾਲਕਾਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਬੱਸ ਆ, ਬੱਸ ਦੀ ਟਾਈਮਿੰਗ ਨਾ ਸੈਟਿੰਗ ਹੋਣ ਕਰਕੇ ਜਿਹੜਾ ਇੱਕ ਮੀਡੀਆ ਦੇ ਵਿੱਚ ਬਿਆਨ ਵੀ ਇਹਨਾਂ ਵੱਲੋਂ ਦਿੱਤਾ ਗਿਆ ਸੀਗਾ, ਅਤੇ ਇਹਨਾਂ ਵੱਲੋਂ ਮਤਲਬ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਵੀ ਪ੍ਰਗਟ ਕੀਤਾ ਗਿਆ ਸੀ, ਕਿਉਂਕਿ ਇਹ ਕਾਫ਼ੀ ਦੇਰ ਤੋਂ ਜਿਹੜੇ ਇਹ ਸਤਾਏ ਬੱਸ ਮਾਲਕ ਨੇ। ਸੋ ਇਹ ਤੁਹਾਨੂੰ ਤਸਵੀਰਾਂ ਪਿਛਲੇ ਬੈਕ ਸਾਈਡ 'ਤੇ ਆਪਣੀਆਂ ਜਿਹੜੀ ਬੱਸ ਦੀਆਂ ਦਿਖਾ ਰਹੇ ਹਾਂ, ਜਿਹੜੀ ਬੱਸ ਅੱਜ 24 ਆਪਣੇ 29 ਤਰੀਕ ਨੂੰ ਜਿਹੜੀ ਬੱਸ ਆ, ਅੱਜ ਉਹਨੂੰ ਸਾੜਨ ਦਾ ਇਹਨਾਂ ਨੇ ਪ੍ਰਣ ਕੀਤਾ ਸੀਗਾ, ਅਤੇ ਜਿਸ ਦੇ ਵਜੋਂ ਅੱਜ ਜਿਹੜਾ ਇਹਨਾਂ ਨੂੰ ਇੱਕ RTO ਦਫ਼ਤਰ ਦੇ ਤੋਂ ਕਾਲ ਆਈ ਸੀ, ਅਤੇ ਅੱਜ ਇਹਨਾਂ ਨੂੰ ਉੱਥੇ ਬੁਲਾਇਆ ਗਿਆ ਸੀ। ਸੋ ਅੱਜ ਕੀ ਇਹਨਾਂ ਨੂੰ ਭਰੋਸਾ ਦਿੱਤਾ ਗਿਆ, ਸਾਡੇ ਨਾਲ ਬੱਸ ਮਾਲਕ ਵੀ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਬਾਬਾ ਜੀ, ਅੱਜ ਕੀ ਤੁਹਾਨੂੰ ਭਰੋਸਾ ਕੀਤਾ ਗਿਆ? ਅੱਜ ਸਾਨੂੰ ਭਰੋਸਾ ਇਹ ਦਿੱਤਾ ਗਿਆ ਜੀ, ਸਵੇਰੇ 9 ਵਜੇ ਸਾਨੂੰ ਬੁਲਾਇਆ ਗਿਆ ਸੀ, ਅਸੀਂ 9 ਵਜੇ ਦੇ ਕਰੀਬ ਉੱਥੇ ਪਹੁੰਚ ਗਏ ਸੀਗੇ। ਸਾਡੇ ਜਾਂਦਿਆਂ ਨੂੰ RTA ਵਰਿੰਦਰ ਸਿੰਘ ਜੀ ਗਿੱਲ ਹੁਸ਼ਿਆਰਪੁਰ, ਰੋਡਵੇਜ਼ ਦੇ GM ਸਾਹਿਬ ਅਤੇ ਬਾਕੀ ਸਾਡੇ ਜਿੰਨੇ ਤਲਵਾੜੇ ਰੋਡ 'ਤੇ ਜਿੰਨੇ ਸਾਡੇ ਟਰਾਂਸਪੋਰਟਰ ਭਰਾ ਚੱਲਦੇ ਸੀ, ਉਹਨਾਂ ਨੇ ਵੀ ਪੂਰਾ ਸਹਿਯੋਗ ਦਿੱਤਾ। ਉਹ ਵੀ ਜਾਂਦਿਆਂ ਨੂੰ ਆ ਗਏ ਸੀਗੇ, ਘੱਟੋ ਘੱਟ 7-8 ਘੰਟੇ ਸਾਡੇ ਨਾਲ RTA ਸਾਹਿਬ ਅਤੇ GM ਸਾਹਿਬ ਬਰਾਬਰ ਬੈਠੇ ਰਹੇ। ਉਹਨਾਂ ਨੇ ਕੋਲ ਬਹਿ ਕੇ ਇਸ ਟਾਈਮ ਟੇਬਲ ਸਾਰਨੀ ਜਿਹੜੀ ਹੈ ਇਹ ਸਾਰੀ ਸਹੀ ਕਰਾਈ। ਸਹੀ ਕਰਾਉਣ ਤੋਂ ਉਪਰੰਤ ਅਸੀਂ ਜਿਹੜਾ ਉਹਨਾਂ ਨੇ ਸਾਨੂੰ ਹਾਰਡ ਕਾਪੀ ਦੇ ਦਿੱਤੀ ਹੈ, ਇਹਦੀ ਇੱਕ ਹਾਰਡ ਕਾਪੀ ਜਿਹੜੀ ਆ ਉਹ RTA ਅਮਿਤ ਮਹਾਜਨ ਜਲੰਧਰ ਨੂੰ ਪਹੁੰਚ ਗਈ ਆ, ਜਿਹੜਾ ਕਿ ਬੁੱਧਵਾਰ ਨੂੰ 6 ਤਰੀਕ ਨੂੰ ਟਾਈਮ ਟੇਬਲ ਪਾਸ ਹੋ ਜਾਵੇਗਾ। ਅਸੀਂ ਧੰਨਵਾਦੀ ਹਾਂ ਫਿਰ ਦੁਬਾਰਾ ਸਾਰੇ ਆਪਣੇ ਰੋਡਵੇਜ਼ ਵਾਲਿਆਂ ਦੇ ਅਤੇ RTA ਹੁਸ਼ਿਆਰਪੁਰ ਅਤੇ RTA ਜਲੰਧਰ, ਇਹਨਾਂ ਦੇ ਸਾਰਿਆਂ ਦੇ ਧੰਨਵਾਦੀ ਹਾਂ, ਅਤੇ ਆਪਣੇ ਟਰਾਂਸਪੋਰਟ ਭਰਾਵਾਂ ਦੇ ਜਿਨ੍ਹਾਂ ਦੇ ਇਹਦੇ ਸਾਰੇ ਰੂਟ ਚੱਲਦੇ ਨੇ, ਸਾਰਿਆਂ ਦੇ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਪੂਰਨਯੋਗ ਸਾਥ ਦਿੱਤਾ, ਅਤੇ ਅੱਜ ਸਾਡਾ ਜਿਹੜਾ ਟਾਈਮ ਟੇਬਲ ਜਿਹੜਾ ਬਣ ਕੇ ਤਿਆਰ ਹੈ, ਜਿਹੜਾ 6 ਤਰੀਕ ਨੂੰ ਪਾਸ ਹੋਣ ਜਾ ਰਿਹਾ, ਅਤੇ ਅਸੀਂ ਜਿਹੜੀ ਬੱਸ ਸਾੜਨ ਦੀ ਕੌਲ ਦਿੱਤੀ ਸੀਗੀ ਉਹਨੂੰ ਅਸੀਂ ਕੌਲ ਨੂੰ ਆਪਣੀ ਨੂੰ ਜਿਹੜਾ ਉਹ ਅੱਜ ਅਸੀਂ ਆਪਣਾ ਵਾਪਸ ਲੈ ਰਹੇ ਹਾਂ, ਅਤੇ 6 ਤਰੀਕ ਤੋਂ ਬਾਅਦ ਜਿਹੜਾ ਸਾਡਾ ਟਾਈਮ ਟੇਬਲ ਜਿਹੜਾ 6 ਤਰੀਕ ਨੂੰ ਆਪਣੇ ਬਣ ਜਾ ਰਿਹਾ, ਅਸੀਂ ਇਸ ਚੀਜ਼ ਤੋਂ ਖੁਸ਼ ਹਾਂ। ਸਰ, ਜੇਕਰ ਗੱਲ ਕਰੀਏ ਤਾਂ ਕਿੰਨੀਆਂ ਜਿਹੜੀਆਂ ਬੱਸਾਂ ਤੁਹਾਡੀਆਂ ਜਿਹੜੀਆਂ ਉਹ ਇਸੇ ਤਰ੍ਹਾਂ ਨਾਲ ਖੜੀਆਂ ਸੀਗੀਆਂ, ਜਿਨ੍ਹਾਂ ਦਾ ਟਾਈਮ ਟੇਬਲ? ਸਰ, ਪਾਲ ਬੱਸ ਦੀਆਂ 2-3 ਬੱਸਾਂ ਖੜੀਆਂ ਸੀ, 4 ਬੱਸਾਂ ਮੇਰੀਆਂ ਬੱਸਾਂ ਖੜੀਆਂ ਸੀਗੀਆਂ, ਉਪਰੰਤ ਪ੍ਰਿੰਸ ਬੱਸ, ਲਵਲੀ ਬੱਸ, ਗੌਤਮ ਬੱਸ, ਉੱਤੋਂ ਡੋਗਰਾ ਬੱਸ, ਠੀਕ ਹੈ ਜੀ, ਆਪਣੇ ਪ੍ਰਿੰਸ ਬੱਸ, ਇੱਦਾਂ ਕਈ ਬੱਸਾਂ ਜਿਹੜੀਆਂ ਗਿਆਨ ਬੱਸ ਦਾ ਵੀ ਕਾਫੀ ਜਿਹੜਾ ਵਾ ਉਹ ਟਾਈਮ ਟੇਬਲ ਦਾ ਚੱਲ ਰਿਹਾ ਜੇ, ਅਤੇ ਕਹਿੰਦਾ ਭਾਵ ਕਿ ਕਾਫੀ ਬੱਸਾਂ ਜਿਹੜੀਆਂ ਟਾਈਮ ਟੇਬਲ ਤੋਂ ਖੜੀਆਂ ਸੀਗੀਆਂ, ਜਿਹਦਾ ਕਿ ਅਸੀਂ ਸਰਕਾਰ ਨੂੰ ਟੈਕਸ ਦੇ ਰਹੇ ਹਾਂ, ਕਿਉਂਕਿ ਪੰਜਾਬ ਦੇ ਵਿੱਚ 2 ਨੰਬਰ ਦਾ ਜਿਹੜਾ ਟਰਾਂਸਪੋਰਟ ਦਾ ਟੈਕਸ ਜਿਹੜਾ ਸਰਕਾਰ ਨੂੰ ਜਾਂਦਾ, ਅਤੇ ਅਸੀਂ ਕਹਿੰਦੇ ਹਾਂ ਵੀ ਅੱਗੇ ਤੋਂ ਇੱਦਾਂ ਦੀਆਂ ਕੋਈ ਮੁਸ਼ਕਲਾਂ ਨਹੀਂ ਆਉਣੀਆਂ ਚਾਹੀਦੀਆਂ, ਕਿਉਂਕਿ ਬੱਸਾਂ ਦੇ ਸਿਰ ਤੋਂ ਹੀ ਜਿਹੜਾ ਵਾ ਲੋਕਾਂ ਦੀਆਂ ਤਨਖਾਹਾਂ ਨਿਕਲਦੀਆਂ ਨੇ। ਜਿਹੜੀ 29 ਤਰੀਕ ਦੇ ਇੱਕ ਬੱਸ ਸਾੜਨ ਦੀ ਵੀ ਕੌਲ ਦਿੱਤੀ ਗਈ ਸੀ, ਕਿ ਅੱਜ ਤੁਸੀਂ ਉਹਨਾਂ ਦੇ ਇਸ ਬਿਆਨ ਤੋਂ ਸੰਤੁਸ਼ਟ ਹੋ ਵੀ ਇਹ ਜਿਹੜੀ ਬੱਸਾਂ ਹੁਣ ਦੁਬਾਰਾ ਅਸੀਂ ਨਹੀਂ ਸਾੜਾਂਗੇ, ਜਾਂ ਉਹਨਾਂ ਦੇ ਬਿਆਨ ਤੋਂ ਸੰਤੁਸ਼ਟ ਹੋ? ਹਾਂਜੀ, ਅਸੀਂ ਹੁਸ਼ਿਆਰਪੁਰ RTA ਵਰਿੰਦਰ ਸਿੰਘ ਦਾ ਫਿਰ ਧੰਨਵਾਦ ਕਰਦੇ ਹਾਂ, ਅਤੇ ਉਹ ਬਾਕੀ ਜਿਹੜਾ ਵਾ GM ਸਾਹਿਬ ਜਿਹੜੇ ਹੁਸ਼ਿਆਰਪੁਰ ਰੋਡਵੇਜ਼, ਉਹਨਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਇੰਨੀ ਮਿਹਨਤ ਸਦਕਾ ਜਿਹੜਾ, ਅਤੇ ਬਾਕੀ ਸਾਡੇ ਜਿੰਨੇ ਟਰਾਂਸਪੋਰਟ ਭਰਾ ਸੀਗੇ ਨਾਲ, ਨਰਵਾਲ ਬੱਸ ਵਾਲੇ, ਗਿਆਨ ਬੱਸ ਵਾਲੇ, ਕਰਤਾਰ ਬੱਸ ਵਾਲੇ, ਸਾਡੇ ਸੈਣੀ ਭਾਜੀ ਖੜ੍ਹੇ ਨੇ ਪਾਲ ਬੱਸ ਵਾਲੇ, ਇਹ ਸਾਰਿਆਂ ਦੇ ਸਹਿਯੋਗ ਨਾਲ ਅੱਜ ਜਿਹੜਾ ਉਹ ਸਾਡਾ ਟਾਈਮ ਟੇਬਲ ਬਣ ਕੇ ਤਿਆਰ ਹੋਇਆ। ਅਸੀਂ ਇਸ ਗੱਲ ਤੋਂ ਬਿਲਕੁਲ ਸੰਤੁਸ਼ਟ ਹਾਂ ਵੀ ਜਿਹੜਾ ਸਾਡਾ ਟਾਈਮ ਟੇਬਲ ਜਿਹੜਾ ਸਾਰਨੀ ਬਣ ਕੇ ਉਹਨਾਂ ਨੇ ਤਿਆਰ ਕੀਤੀ ਹੈ। ਸੋ ਇਹ ਸਨ ਬੱਸ ਮਾਲਕ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ, ਅਤੇ ਜਿਨ੍ਹਾਂ ਨੂੰ ਇੱਕ ਵਿਸ਼ਵਾਸ ਵੀ ਜਿਹੜਾ ਆ RTO ਦਫ਼ਤਰ 'ਚੋਂ ਦਵਾਇਆ ਗਿਆ ਕਿ ਅਸੀਂ ਜਿਹੜਾ ਤੁਹਾਡਾ ਪੂਰਨ ਤੌਰ 'ਤੇ ਜਿਹੜਾ ਸਾਥ ਆ ਉਹਨਾਂ ਨੇ ਦਿੱਤਾ, ਅਤੇ ਜਿਹੜਾ ਟਾਈਮ ਟੇਬਲ ਸੀ ਇਹਨਾਂ ਦਾ ਉਹ ਪੂਰੀ ਤਰ੍ਹਾਂ ਨਾਲ ਸੈੱਟ ਕੀਤਾ ਗਿਆ। ਮੁਕੇਰੀਆਂ ਤੋਂ ਕੈਮਰਾਮੈਨ ਰਵਿੰਦਰ ਸਿੰਘ ਖਾਲਸਾ ਨਾਲ ਦਿਲਬਾਗ ਸਿੰਘ ਗੁਰਾਇਆ।